ਮਾਤਾ ਦੇ ਪਹਿਲਾਂ ਵੀ ਦੋ ਆਪਰੇਸ਼ਨ ਹੋਏ ਹੋਏ ਸੀਗੇ, ਉਹਦੇ ਰੀੜ ਦੀ ਹੱਡੀ ਦੇ ਵਿੱਚ ਇੰਜੈਕਸ਼ਨ ਵਗੈਰਾ ਲਾਉਂਦੇ ਸੀਗੇ, ਉਹਦਾ ਆਪਰੇਟਰ ਡਾਕਟਰ ਅਮਿਤ ਸੂਦ ਨੇ ਕੀਤਾ ਗਾ ਜੀ। ਸਤਿ ਸ਼੍ਰੀ ਅਕਾਲ ਜੀ, ਅਸੀਂ ਜੀ ਨਿਹਾਲ ਸਿੰਘ ਵਾਲੇ ਤੋਂ, ਮੇਰਾ ਨਾਮ ਸਿੰਦਰਪਾਲ ਕੌਰ ਹੈ। ਮੇਰਾ ਜੀ ਪਹਿਲਾਂ ਵੀ ਦੋ ਆਪਰੇਸ਼ਨ ਹੋਏ ਸੀਗੇ, ਬੱਚੇਦਾਨੀ ਦਾ ਅਤੇ ਹਰਨੀਆਂ ਦਾ। ਹੁਣ ਜੀ ਮੇਰੇ ਹਰਨੀਆਂ ਦਾ ਹੋਇਆ ਗਾ, ਮੈਨੂੰ ਕੋਈ ਦਿੱਕਤ ਨਹੀਂ ਆਈ, ਕੋਈ ਤਕਲੀਫ ਨਹੀਂ ਮਿਲੀ, ਡਾਕਟਰ ਸਾਹਿਬ ਜੀ ਸਾਨੂੰ ਬਹੁਤ ਵਧੀਆ ਮਿਲੇ। ਅਤੇ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਦੀਪ ਹੈ। ਮੇਰੇ ਮੰਮੀ ਦਾ ਨਾ ਆਪਰੇਸ਼ਨ ਹੋਇਆ ਜੀ, ਇੱਥੋਂ ਡਾਕਟਰ ਅਮਿਤ ਸੂਦ ਨੇ ਕੀਤਾ ਆਪਰੇਸ਼ਨ ਜੀ। ਆਪਰੇਸ਼ਨ ਵੈਸੇ ਬਹੁਤ ਵਧੀਆ ਹੋਇਆ ਗਾ, ਕਿਉਂਕਿ ਮਾਤਾ ਦੇ ਪਹਿਲਾਂ ਵੀ ਦੋ ਆਪਰੇਸ਼ਨ ਹੋਏ ਹੋਏ ਸੀਗੇ, ਜਿਹੜੇ ਕਿ ਉਹਨਾਂ ਨੇ ਮਤਲਬ ਕਿ ਜਿਵੇਂ ਪਹਿਲਾਂ ਲਾਉਂਦੇ ਹੁੰਦੇ ਰੀੜ ਦੀ ਹੱਡੀ ਦੇ ਵਿੱਚ ਇੰਜੈਕਸ਼ਨ ਵਗੈਰਾ ਲਾਉਂਦੇ ਸੀਗੇ, ਅਤੇ ਉਹਦੇ ਨਾਲ ਵੀ ਕੀ ਇਹਨਾਂ ਦੇ ਕੀ ਯੂਟਿਸ ਮੂਵ ਕੀਤੀ ਸੀਗੀ, ਇੱਕ ਮੇ ਵੀ ਇਹਨਾਂ ਦੇ ਪੱਥਰੀਆਂ ਦੀ ਸੀਗਾ ਜੀ, ਅਤੇ ਜਿਹਦਾ ਕਰਕੇ ਵੀ ਹੁਣ ਉਹ ਡਾਕਟਰਾਂ ਦੀ ਰਿਪੋਰਟਸ ਦੇ ਅਕੋਰਡਿੰਗ ਸੀਗਾ ਵੀ ਉਹ ਹਾਰਨੀਆਂ ਆਪਰੇਟ ਹੋ ਗਈਆਂ ਸੀਗੀਆਂ, ਉਹਦੇ ਨਾਲ ਵੀ ਜਨਰੇਟ ਹੋ ਗਈਆਂ, ਸੋਰੀ ਆਪਰੇਟ ਨਹੀਂ ਜਨਰੇਟ ਹੋ ਗਈਆਂ ਸੀਗੀਆਂ। ਉਹਦਾ ਆਪਰੇਟ ਡਾਕਟਰ ਅਮਿਤ ਸੂਦ ਨੇ ਕੀਤਾ ਗਾ, ਜੋ ਕਿ ਬਹੁਤ ਵਧੀਆ ਹੋਇਆ ਗਾ। ਡਾਕਟਰ ਸਾਹਿਬ ਨੇ ਕੋਆਪਰੇਟ ਕੀਤਾ, ਡਾਕਟਰ ਸਾਹਿਬ ਦੇ ਸਟਾਫ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਹੈਗਾ ਸਾਨੂੰ, ਅਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਕਿ ਹਾਂ। ਬਾਕੀ ਜਿਨ੍ਹਾਂ ਨੂੰ ਵੀ ਕੋਈ ਵੀ ਇਸ ਤਰ੍ਹਾਂ ਦੀ ਜਿਵੇਂ ਹਰਨੀਆਂ ਦੀ ਹੋ ਗਈ, ਪੱਥਰੀਆਂ ਦੀ ਜਾਂ ਮੋਟਾਪੇ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈਗੀ ਆ, ਉਹ ਡਾਕਟਰ ਅਮਿਤ ਸੂਦ ਨੂੰ ਆ ਕੇ ਮਿਲ ਸਕਦੇ ਆ, ਅਤੇ ਇਹ ਸ਼ਰਤੀ ਇਲਾਜ ਕਰਦੇ ਹੈਗੇ ਅਸੀਂ ਦਾ। ਕਿਉਂਕਿ ਮੈਂ ਜਿੰਨੀ ਦੇਰ ਵੀ ਉੱਥੇ 13 ਦਿਨ ਤਕਰੀਬਨ ਰਿਹਾ, 13 ਦਿਨਾਂ ਦੇ ਵਿੱਚ ਮੈਂ ਕਾਫੀ ਪੇਸ਼ੈਂਟ ਇੱਦਾਂ ਦੇ ਮਤਲਬ ਕਿ ਇਹਨਾਂ ਕੋਲ ਆਏ ਸੀਗੇ ਜਿਨ੍ਹਾਂ ਨੂੰ ਮੋਟਾਪੇ ਨੂੰ ਲੈ ਕੇ ਸ਼ਿਕਾਇਤ ਸੀਗੀ, ਅਤੇ ਉਹ ਬਹੁਤ ਵਧੀਆ ਮਤਲਬ ਕਿ ਇੱਥੋਂ ਆਪਰੇਟ ਕਰਵਾ ਕੇ ਗਏ ਆ, ਅਤੇ ਉਹਨਾਂ ਨੇ ਫੀਡਬੈਕ ਵੀ ਡਾਕਟਰ ਸਾਹਿਬ ਨੂੰ ਬਹੁਤ ਵਧੀਆ ਦਿੱਤੀ ਹੈਗੀ ਆ। ਅਤੇ ਮੈਂ ਸਭ ਨੂੰ ਸੁਜੈਸਟ ਕਰਦਾ ਕਿ ਵੀ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਆ, ਮੰਨ ਲਓ ਕੋਈ ਹਰਨੀਆਂ ਹੋਊਗੀਆਂ ਜਾਂ ਪੱਥਰੀ ਦੀ ਹੋ ਗਈ ਆ, ਵਟਐਵਰ ਜੋ ਵੀ ਜਿੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਹੈਗੀਆਂ ਤੁਹਾਡੇ ਬਿਮਾਰੀਆਂ ਨੂੰ ਲੈ ਕੇ, ਉਹ ਡਾਕਟਰ ਸਾਹਿਬ ਨੂੰ ਤੁਸੀਂ ਮਿਲ ਸਕਦੇ ਆ। ਬਾਕੀ ਡਾਕਟਰ ਸਾਹਿਬ ਆਪਣਾ ਇੱਕ ਨਵਾਂ ਸੈਂਟਰ ਬਣਾ ਰਹੇ ਹੈਗੇ, ਜੋ ਕਿ ਸ਼ੋਰਟਲੀ ਮਤਲਬ ਕਿ ਚਾਲੂ ਹੋ ਜੂਗਾ, ਅਤੇ ਉੱਥੇ ਤੁਹਾਨੂੰ ਹਰ ਇੱਕ ਫੈਸਿਲਿਟੀ ਮਿਲੂਗੀ, ਤੁਹਾਨੂੰ ਮਤਲਬ ਕਿ ਹਰ ਇੱਕ ਬਿਮਾਰੀ ਦਾ ਇਲਾਜ ਮਿਲੂਗਾ। ਥੈਂਕ ਯੂ।